ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰਤਾ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਸ਼ਨ ਮਨਾਇਆ ਗਿਆ। ਸਕੂਲ ਵਿੱਚ ਵਿਦਿਆਰਥੀਆਂ ਨੇ ਭੰਗੜੇ ਪਾਏ ਤੇ ਸੂਬੇ ਵਿੱਚ ਪਹਿਲੇ 2 ਸਥਾਨ ਹਾਸਲ ਕਰਨ ਦੀ ਖੁਸ਼ੀ ਮਨਾਈ ਤੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ। ਦੋਵੇਂ ਬੱਚੀਆਂ ਦੇ ਮਾਤਾ ਪਿਤਾ ਵੀ ਖੁਸ਼ ਦਿਖਾਈ ਦਿੱਤੇ ਤੇ ਅਧਿਆਪਕ ਵੀ ਇਸ ਤੇ ਕਾਫੀ ਮਾਣ ਮਹਿਸੂਸ ਕਰ ਰਹੇ ਸਨ। ਦੋਵਾਂ ਬੱਚੀਆਂ ਨੇ ਕਿਹਾ ਕਿ ਉਹ ਅੱਗੇ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੀਆਂ ਨੇ। ਸੋ ਆਫਿਸ ਦੀ ਨੰਬਰ ਹਾਸਲ ਕਰਨ ਵਾਲੀ ਅਦਿਤੀ ਨੇ ਦੂਰਦਰਸ਼ਨ ਨਾਲ ਗੱਲਬਾਤ ਕੀਤੀ। ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਬਹੁਤ ਜ਼ਿਆਦਾ, ਉਹਨਾਂ ਦੇ ਕਾਰਨ ਹੀ ਅੱਜ ਮੈਂ ਇੱਥੇ ਹੈਗੀ ਹਾਂ, ਬਹੁਤ ਜ਼ਿਆਦਾ। 650 ਵਿੱਚੋਂ 645 ਅੰਕ ਹਾਸਲ ਕਰਨ ਵਾਲੀ ਤੇ ਸੂਬੇ ਵਿੱਚ ਦੂਜੇ ਨੰਬਰ ਤੇ ਰਹਿਣ ਵਾਲੀ ਅਲੀਸ਼ਾ ਸ਼ਰਮਾ ਨੇ ਵੀ ਦੂਰਦਰਸ਼ਨ ਨਾਲ ਗੱਲਬਾਤ ਕੀਤੀ। ਬਹੁਤ ਵਧੀਆ ਲੱਗ ਰਿਹਾ ਹੈ। ਹਾਂਜੀ, ਬਹੁਤ ਵਧੀਆ ਲੱਗ ਰਿਹਾ। ਅੱਛਾ, ਕਿੰਨੇ ਟਾਈਮ ਮਿਹਨਤ ਕੀਤੀ, ਕਿਸ ਤਰ੍ਹਾਂ ਜਿਹੜੀ ਮਿਹਨਤ ਕੀਤੀ ਹੈ? ਦਿਨ ਰਾਤ ਪੜ੍ਹਦੇ ਸੀ, ਟੀਚਰ ਦੀ ਗਾਈਡੈਂਸ, ਮੰਮਾ ਪਾਪਾ ਦਾ ਸਪੋਰਟ। ਅਗਰ ਇਹਨਾਂ ਦਾ ਸਪੋਰਟ ਨਾ ਹੋਵੇ ਤਾਂ ਅਸੀਂ ਕੁਝ ਕਰ ਨਹੀਂ ਸਕਦੇ।